ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਅੱਜ ਦੇ ਪ੍ਰਾਈਮ ਐਨਾਲਿਸਿਸ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਪੋਸਟ ਬਾਰੇ ਕੈਨੇਡਾ ਪੋਸਟ ਦਾ ਆਪਣੇ ਮੁਲਾਜ਼ਮਾਂ ਨਾਲ ਪੈਨਸ਼ਨ ਪਲਾਨ ਤੇ ਵੇਜਸ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ ਜੋ ਕਿ ਹੁਣ ਕੁਝ ਹੱਦ ਤੱਕ ਸੁਲਝ ਗਿਆ ਲੱਗਦਾ ਹੈ ਸੌ ਜਾਣਕਾਰੀ ਲੈਣੇ ਇਸ ਬਾਰੇ ਸਾਡੇ ਪ੍ਰਾਈਮ ਐਨਾਲਿਸਟ ਡਾਕਟਰ ਪ੍ਰਥੀਪਾਲ ਸਿੰਘ ਸੋਹੀ ਪਾਸੋਂ ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਡਾਕਟਰ ਸਾਹਿਬ ਜਿਹੜਾ ਵਿਵਾਦ ਚੱਲ ਰਿਹਾ ਸੀ ਕੈਨੇਡਾ ਪੋਸਟ ਦਾ ਆਪਣੇ ਮੁਲਾਜ਼ਮਾਂ ਨਾਲ ਕਹਿੰਦੇ ਕੁਝ ਹੱਦ ਤੱਕ ਹੁਣ ਸੁਲਝ ਗਿਆ ਆਰਬਿਟਰੇਟਰ ਕੈ ਹਾਂ ਜਗਰਾਜ ਦੀ ਪਹਿਲੀ ਗੱਲ ਤਾਂ ਇਹ ਕਿ ਜੋ ਕੈਨੇਡਾ ਪੋਸਟ ਹੈ ਇਹ ਦੁਨੀਆ ਦੀ ਬਹੁਤ ਵੱਡੀ ਪੋਸਟ ਹੈ ਜੀ ਸਾਰੇ ਦੁਨੀਆ ਦੇ ਕੰਪੈਰੀਟਿਵਲੀ ਜੇ ਦੇਖਿਆ ਜਾਵੇ ਸਭ ਤੋਂ ਵੱਧ ਸਰਵਿਸ ਇਹ ਪ੍ਰੋਵਾਈਡ ਕਰਦੀ ਹੈ ਦੂਜੀ ਗੱਲ ਕਿ ਇਹਦੇ ਵਿੱਚ ਦੋ ਕਈ ਕਿਸਮ ਦੀਆਂ ਯੂਨੀਅਨਸ ਨੇ ਜੀ ਜੀ ਇੱਕ ਯੂਨੀਅਨ ਤਾਂ ਉਹ ਹੈ ਜਿਹੜੀ ਕਿ ਬਹੁਤ ਵੱਡੇ ਏਮਪਲਾਈਜ਼ ਨੂੰ 50000 ਤੋਂ ਉੱਪਰ ਏਮਪਲਾਈਜ਼ ਨੂੰ ਰਿਪਰੈਜ਼ੈਂਟ ਕਰਦੀ ਹੈ ਅੱਛਾ ਜੀ ਉਸ ਯੂਨੀਅਨ ਨੂੰ ਇਹ ਕਹਿੰਦੇ ਨੇ ਕੈਨੇਡਾ ਯੂਨੀਅਨ ਪੋਸਟਲ ਵਰਕਰਸ ਹੂੰ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਸ ਸੀਯੂਪੀਡਬਲ ਦੇ ਨਾਮ ਨਾਲ ਉਹ ਜਾਣੀ ਜਾਂਦੀ ਹੈ ਉਹ ਵੱਡੀ ਯੂਨੀਅਨ ਹੈ ਉਹ ਇੱਕ ਵੱਖਰੀ ਯੂਨੀਅਨ ਹੈ ਇੱਕ ਛੋਟੇ ਪੱਧਰ ਦੇ ਉੱਤੇ ਕੁਝ ਅਫਸਰਾਂ ਦੀਆਂ ਜਾਂ ਛੋਟੀਆਂ ਯੂਨੀਅਨਸ ਨੇ ਜਿਵੇਂ ਕੈਨੇਡਾ ਪੋਸਟ ਦੇ ਪੋਸਟਮਾਸਟਰਸ ਐਂਡ ਅਸਿਸਟੈਂਟ ਐਸੋਸੀਏਸ਼ਨ ਵਗੈਰਾ ਪਾਈ ਜਾਂਦੀ ਹੈ ਸੀਪੀਏਏ ਦੇ ਨਾਮ ਨਾਲ ਜਾਣੀ ਜਾਂਦੀ ਹੈ ਉਹ ਜਿਹੜੀ ਸੀਪੀਏਏ ਦੇ ਨਾਮ ਨਾਲ ਜਾਣੀ ਜਾਂਦੀ ਯੂਨੀਅਨ ਹੈ ਇਹ ਮੁੱਖ ਤੌਰ ਤੇ ਪਿੰਡੂ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਰਿਲੇਟਡ ਹੈ ਠੀਕ ਹੈ ਜੀ ਇਹਨਾਂ ਦਾ ਵੀ ਕੈਨੇਡਾ ਪੋਸਟ ਦੇ ਨਾਲ ਪਿਛਲੇ 18 ਮਹੀਨਿਆਂ ਤੋਂ ਇੱਕ ਤਰ੍ਹਾਂ ਦੀ ਜਦੋਜਹਿਦ ਚੱਲ ਰਹੀ ਸੀ ਇਹਨਾਂ ਦੀਆਂ ਮੰਗਾਂ ਸੀ ਜਿਹੜੀਆਂ ਕਿ ਕੈਨੇਡਾ ਪੋਸਟ ਮੰਗ ਨਹੀਂ ਸੀ ਰਹੀ ਜੀ ਜੀ ਤਾਂ ਉਸ ਆਧਾਰ ਦੇ ਉੱਤੇ ਫਿਰ ਇਹਨਾਂ ਨੇ ਇੱਕ ਆਰਬਿਟਰ ਨਿਯੁਕਤ ਹੋਇਆ ਦੋਨਾਂ ਦੇ ਵਿਚਕਾਰ ਹਮਮ ਕਿ ਜਿਹੜਾ ਇਹਨਾਂ ਦੋਨਾਂ ਦੇ ਸਮਝੌਤੇ ਨੂੰ ਸਰਕਾਰ ਕਰ ਸਕੇ ਹੁਣ ਸਰਕਾਰੀ ਵਿਅਕਤੀ ਹੈ ਉਹ ਆਰਬਿਟਰ ਹੈ ਜੋ ਇੱਕ ਤਰ੍ਹਾਂ ਦਾ ਇਹ ਜਿਹੜੀ ਆਰਬਿਟ੍ਰੇਸ਼ਨ ਸੀ ਇਹਦੇ ਵਿੱਚ ਇਹ ਬਾਈਂਡਿੰਗ ਆਰਬਿਟ੍ਰੇਸ਼ਨ ਸੀ ਫਿਰ ਆਰਬਿਟ੍ਰੇਸ਼ਨ ਵੀ ਦੋ ਤਰ੍ਹਾਂ ਦੀ ਹੈ ਇੱਕ ਹੈਗੀ ਬਾਈਂਡਿੰਗ ਆਰਬਿਟ੍ਰੇਸ਼ਨ ਇੱਕ ਹੈਗੀ ਕੱਲੀ ਆਰਬਿਟ੍ਰੇਸ਼ਨ ਜਿਹੜਾ ਤਾਂ ਕੱਲਾ ਆਰਬਿਟਰ ਦੋਨਾਂ ਧਿਰਾਂ ਨਾਲ ਗੱਲਬਾਤ ਕਰਕੇ ਦੋਨਾਂ ਨੂੰ ਕਿਸੇ ਖਾਸ ਸਮਝੌਤੇ ਤੇ ਲਿਆਉਣ ਦਾ ਯਤਨ ਕਰਦਾ ਹੈ ਤੇ ਜਿਹੜਾ ਹੈਗਾ ਬਾਈਂਡਿੰਗ ਉਹਨੇ ਦੋਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣਾ ਇੱਕ ਫੈਸਲਾ ਦੇ ਦੇਣਾ ਹੁੰਦਾ ਹੈ ਕਿ ਉਹ ਫੈਸਲਾ ਫਿਰ ਦੋਨਾਂ ਧਿਰਾਂ ਨੂੰ ਮੰਨਣਾ ਹੀ ਪੈਂਦਾ ਹੈ ਠੀਕ ਹੈ ਸੋ ਜਿਹੜੀ ਹੁਣ ਸੀਪੀਏਏ ਦੇ ਨਾਲ ਇੱਕ ਤਰ੍ਹਾਂ ਦੀ ਅਰਬਿਟ੍ਰੇਸ਼ਨ ਤੋਂ ਬਾਅਦ ਜਿਹੜਾ ਉਸ ਆਰਬਿਟ੍ਰੇਸ਼ਨ ਨੇ ਗੱਲ ਕਹੀ ਰਾਤ ਸਮਝੌਤਾ ਉਹ ਕਹਤਾ ਕਿ ਆ ਗੱਲ ਸਹੀ ਹੈ ਇਹ ਜਿਹੜਾ ਆਰਬਿਟ੍ਰੇਟਰ ਸੀ ਦੋਨਾਂ ਜਿਹੜੇ ਯੂਨੀਅਨਸ ਹੈਗੀਆਂ ਉਹਨਾਂ ਦੇ ਸਹਿਮਤੀ ਨਾਲ ਆਇਆ ਗਿਆ ਸੀਗਾ ਹਾਂ ਬਿਲਕੁਲ ਸਹੀ ਗੱਲ ਹੈ ਕਿ ਦੋਨਾਂ ਦੀ ਸਹਿਮਤੀ ਨਾਲ ਹੀ ਲੱਗਦਾ ਇਹ ਜੇ ਯੂਨੀਅਨ ਨਾ ਮੰਨੇ ਤਾ ਲੱਗਦਾ ਨਹੀਂ ਤਾਂ ਫਿਰ ਉਹ ਸਟ੍ਰਾਈਕਾਂ ਹੁੰਦੀਆਂ ਮੁਝਾਰੇ ਹੁੰਦੀਆਂ ਸਭ ਕੁਝ ਚੱਲੀ ਜਾਂਦਾ ਸਟ੍ਰਾਈਕਾਂ ਤੋਂ ਬਾਅਦ ਵੀ ਕਈ ਵਾਰੀ ਇਹ ਲੱਗਦੇ ਰਹੇ ਨੇ ਇਸ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਇਹ ਪਰਵੇਸ਼ਣ ਹੈ ਨਾ ਅੱਛਾ ਹੁਣ ਉਹ ਆਰਬਿਟ੍ਰੇਟਰ ਨੇ ਦੋਨਾਂ ਇੱਕ ਫੈਸਲਾ ਸੁਣਾ ਦਿੱਤਾ ਹੁਣ ਉਹ ਫੈਸਲਾ ਕੀ ਹੈ ਕਿ ਜਿਹੜੇ ਇਹ 5000 ਤੋਂ ਉੱਪਰ EMPLYEE ਨੇ ਤਕਰੀਬਨ ਬਹੁਤੇ ਇਹ ਰੂਰਲ ਏਰੀਆ ਦੇ ਨਾਲ ਸੰਬੰਧਿਤ ਨੇ CPA ਇਹ ਯੂਨੀਅਨ ਦੇ ਨਾਲ ਸੰਬੰਧਿਤ ਨੇ ਇੱਕ ਹੋਰ ਯੂਨੀਅਨ ਆਫੀਸਰਜ਼ ਕਾਰਡਰ ਦੀ ਤੇ ਉਹਦੇ ਨਾਲ ਵੀ ਇਹ ਸੰਬੰਧਿਤ ਨੇ ਜਿਹੜੀਆਂ ਛੋਟੀਆਂ ਯੂਨੀਅਨਾਂ ਨੇ ਪੋਸਟਲ ਆਫਸ ਦੇ ਵਿੱਚ ਉਹਨਾਂ ਸਾਰਿਆਂ ਤੇ ਇਹ ਸਮਝੌਤਾ ਲਾਗੂ ਹੋਊਗਾ ਹੁਣ ਇਹਦੇ ਵਿੱਚ ਮੁੱਖ ਮੁੱਦਾ ਕੀ ਨੇ ਜਿਵੇਂ ਤੁਸੀਂ ਪੁੱਛਿਆ ਇਹਦੇ ਚ ਜਿਹੜੀਆਂ ਮੁੱਖ ਧਰਾਵਾਂ ਨੇ ਉਹ ਇਹ ਨੇ ਕਿ ਜੋ ਇਹ EMPLOYEES ਨੇ ਇਹਨਾਂ ਦੀ ਥੋੜੀ ਜੀ ਤਨਖਾਹ ਵੀ ਵਧਾਈ ਜਾਏਗੀ ਜੀ ਜੀ ਜਨਵਰੀ 2017 ਦੇ ਵਿੱਚ 1.5% ਤਨਖਾਹ ਦਾ ਵਾਧਾ ਹੋਏਗਾ ਜਨਵਰੀ 2018 ਦੇ ਵਿੱਚ 1.75 ਪੌਣੇ 2% ਦਾ ਵਾਧਾ ਇਹਨਾਂ ਦੀ ਤਨਖਾਹ ਦੇ ਵਿੱਚ ਹੋਏਗਾ ਪਰ ਜਿਹੜਾ ਲਾਸ ਆੜਾ ਪਾਰਟ ਹੈ ਉਹ EMPLOYEES ਦਾ ਬਹੁਤ ਵੱਡਾ ਹੈ ਅੱਛਾ ਜੀ ਉਹਦੇ 'ਚ ਹੁਣ ਇੱਕ ਤਾਂ ਇਹਨਾਂ ਨੂੰ ਇਹ ਗੱਲ ਪ੍ਰਵਾਨ ਕਰਨੀ ਪਊਗੀ ਕਿ ਜਿਹੜੇ ਪੈਨਸ਼ਨ ਦੇ ਨਵੇਂ ਪਲਾਨ ਆ ਜਿੰਨੇ ਵੀ ਨਵੇਂ EMPLOYEES ਭਰਤੀ ਹੋਣਗੇ ਪ੍ਰਾਣਿਆ ਤੈਨੇ ਲਾਗੂ ਹੋਊਗੀ ਜਿਹਨੇ ਨਵੇਂ এমਪਲਾਈ ਕੈਨੇਡਾ ਪੋਸਟ ਦੇ ਵਿੱਚ ਭਰਤੀ ਹੋਣਗੇ ਸੀਪੀਏਏ ਦੇ ਵਿੱਚ ਭਰਤੀ ਹੋਣਗੇ ਉਹਨਾਂ ਸਾਰਿਆਂ ਦੇ ਉੱਤੇ ਨਵੀਆਂ ਧਰਾਵਾਂ ਲਾਗੂ ਹੋਣਗੀਆਂ ਨਵੀਂ ਪੈਨਸ਼ਨ ਪਲਾਨ ਲਾਗੂ ਹੋਊਗੀ ਠੀਕ ਹੈ ਜੀ ਇੱਕ ਤਾਇਆ ਦੂਜੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੇ ਵਰਕਰਸ ਹੋਣਗੇ ਐਂਟਰੀ ਲੈਵਲ ਦੇ ਉੱਤੇ ਜਦੋਂ ਸ਼ੁਰੂ ਕਰੂਗਾ ਕੋਈ ਸਰਵਿਸ ਉਦੋਂ ਵੱਖਰਾ ਪੇ ਪੈਨਲ ਹੋਊਗਾ ਉਹਨਾਂ ਦਾ ਪੇ ਸਕੇਲ ਵੱਖਰਾ ਹੋਊਗਾ ਜਿਹੜੇ ਫਿਰ ਬਾਅਦ ਦੇ ਵਿੱਚ ਜਿਹੜੇ ਪ੍ਰਾਣੇ EMPLY ਨੇ ਉਹਨਾਂ ਦਾ ਪੇ ਸਕੇਲ ਵੱਖਰਾ ਹੋਊਗਾ ਇਹਦਾ ਪਾ ਪੇ ਸਕੇਲ ਦੇ ਵਿੱਚ ਵੀ ਡਿਫਰੈਂਸ ਆ ਗਿਆ ਪੈਨਸ਼ਨ ਦੇ ਵਿੱਚ ਵੀ ਡਿਫਰੈਂਸ ਆ ਗਿਆ ਹੋਰ ਸਹੂਲਤਾਂ ਦੇ ਵਿੱਚ ਵੀ ਡਿਫਰੈਂਸ ਆ ਗਿਆ ਤਾਂ ਇਸ ਤਰ੍ਹਾਂ ਨਾਲ ਇਹ ਯੂਨੀਅਨ ਇੱਕ ਤਰ੍ਹਾਂ ਨਾਲ ਘਾਟੇ 'ਚ ਗਈ ਹੈ ਕਿਉਂਕਿ ਪਰ ਆਰਬਿਟ੍ਰੇਸ਼ਨ ਸੀ ਕਿ ਉਹ ਵੀ ਬਾਈਂਡਿੰਗ ਸੀ ਮੰਨਣਾ ਪਊ ਉਹਨਾਂ ਨੂੰ ਸਮਝੌਤਾ ਲਾਜ਼ਮੀ ਤੌਰ ਤੇ ਇਹ ਇਸ ਕਰਕੇ ਘਾਟੇ ਵਾਲੀ ਪੋਜੀਸ਼ਨ ਹੈ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੈਨਸ਼ਨ ਪਲਾਨ ਆ ਕਿ ਬੈਨੀਫਿਟ ਪੈਨਸ਼ਨ ਪਲਾਨ ਦੇ ਵੱਖਰੇ ਵੱਖਰੇ ਨੇ ਉਹ ਦੋਨੇ ਕਿਸਮ ਦੀਆਂ ਪੈਨਸ਼ਨ ਨੇ ਜਿਹੜੀਆਂ ਇੱਕ ਕੰਟ੍ਰਿਬਿਊਟਰੀ ਆ ਇੱਕ ਬੈਨੀਫਿਟ ਵਾਲੀ ਆ ਤੇ ਉਹਦੇ ਚ ਇਹ ਮੇਨ ਨੁਕਸਾਨ ਚ ਜਾਂ ਡਾਕਟਰ ਜੀ ਤੁਸੀਂ ਕਹਾਂ ਕਿ ਵੀ ਦੋ ਤਰ੍ਹਾਂ ਦੇ ਪੈਨਸ਼ਨ ਪਲਾਨ ਨੇ ਇਹ ਤੇ ਥੋੜਾ ਦੱਸੋ ਵੀ ਡਿਫਾਈਨਡ ਕੰਟ੍ਰਿਬਿਊਸ਼ਨ ਪੈਨਸ਼ਨ ਪਲਾਨ ਕੀ ਹੈ ਤੇ ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ ਕੀ ਹੈ ਇਹ ਵੀ ਕੋ ਮੁੱਖ ਮੁੱਦਾ ਰਿਹਾ ਉਹ ਇਹ ਵੀ ਗੱਲ ਸਹੀ ਆ ਥੋੜੀ ਡਿਸਕਸ ਹੋ ਜਾਣੀ ਚਾਹੀਦੀ ਆ ਇਹ ਇੱਕ ਤਾਂ ਜਿਵੇਂ ਡਿਫਾਈਨਡ ਪੈਨਸ਼ਨ ਪਲਾਨ ਆ ਜਿਹੜੀ ਡਿਫਾਈਨਡ ਕੰਟ੍ਰਿਬਿਊਟਰੀ ਪੈਨਸ਼ਨ ਪਲਾਨ ਜੀ ਜੀ ਇੱਕ ਹੈ ਸੀਸ ਯੂਨੀਅਨਾਂ ਦੇ ਵਿੱਚ ਕੈਨੇਡਾ ਪੋਸਟ ਦੇ ਵਿੱਚ ਉਹ ਹੈ ਜਿਹੜੀ ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ ਚੱਲਦੀ ਸੀ ਡਿਫਾਈਨਡ ਬੈਨੀਫਿਟ ਪੈਨਸ਼ਨ ਪਲਾਨ ਦੇ ਵਿੱਚ ਇਹ ਹੁੰਦਾ ਹੈ ਕਿ ਜੋ EMPLOYEE ਹੈ ਉਹ ਆਪਣੀ ਕੰਟਰੀਬਿਊਸ਼ਨ ਦਿੰਦਾ ਜਿੰਨੀ ਵੀ ਬਣਦੀ ਆ ਤੇ ਕਰੀਨ 25% ਸੀ ਜਾਂ ਜਾਂ ਵੱਧ ਵੀ ਹੋ ਸਕਦੀ ਹੈ ਤਾਂ ਦੂਜੇ ਪਾਸੇ ਜਿਹੜਾ EMPLOYER ਹੈ ਨੌਕਰੀ ਦੇਣ ਵਾਲਾ ਜਿਹਨ ਕੈਨੇਡਾ ਪੋਸਟ ਵਾਲੇ ਉਹ ਆਪ ਦਾ ਸ਼ੇਅਰ ਵੀ ਪਾਉਂਦੇ ਸੀ ਪੈਸਾ ਇਕੱਠਾ ਹੋ ਗਿਆ ਇੱਕਠੇ ਪੈਸੇ ਨੂੰ ਫਿਰ ਕਿਤੇ ਇਨਵੈਸਟ ਕੀਤਾ ਜਾਂਦਾ ਅਗੇ ਕੋਈ ਮਿਊਚੁਅਲ ਫੰਡਾਂ ਦੇ ਵਿੱਚ ਜਾਂ ਕਿਤੇ ਹੋਰ ਉਹਦੇ ਚੋਂ ਫਿਰ ਜਿਹੜੀ ਆਮਦਨ ਆਉਂਦੀ ਹੈ ਉਸ ਆਮਦਨ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਂਦੇ ਰਹਿੰਦੇ ਨੇ ਪਰ ਜਿਹੜੀ ਜਦੋਂ ਡਿਫਾਈਨਡ ਬੈਨੀਫਿਟ ਪਲਾਨ ਦਾ ਇਹ ਹੁੰਦਾ ਕਿ ਜਦੋਂ ਪੈਸਾ ਕਿਤੇ ਵੀ ਇਨਵੈਸਟ ਕੀਤਾ ਪੂੰਜੀ ਨਿਵੇਸ਼ ਕੀਤਾ ਉਹਦੇ ਚੋਂ ਜਿੰਨੀ ਮਰਜ਼ੀ ਆਮਦਨ ਘਾਟ ਆਵੇ ਚਾਹੇ ਵਧਾ ਆਵੇ ਹਰ EMPLOYE ਨੂੰ ਰਿਟਾਇਰਮੈਂਟ ਤੋਂ ਬਾਅਦ ਇੱਕ ਫਿਕਸ ਅਮਾਉਂਟ ਮਿਲਣੀ ਹੈ ਉਹ ਅਮਾਉਂਟ ਸਿਕਿਉਰ ਹੈ ਮਹ ਜਹੇ ਜਿਹੜੀ ਤੁਸੀਂ ਪੈਨਸ਼ਨ ਇਕੱਠੀ ਕੀਤੀ ਹੈ ਲੋਕਾਂ ਦੀ ਕੰਟਰੀਬਿਊਸ਼ਨ ਇਕੱਠੀ ਕੀਤੀ ਹੈ ਉਹ ਕੰਟਰੀਬਿਊਸ਼ਨ ਜਿੱਥੇ ਕਿਤੇ ਵੀ ਇਨਵੈਸਟ ਕੀਤੀ ਹੈ ਕਈ ਵਾਰੀ ਉਹ ਚ ਘਾਟਾ ਵੀ ਪੈ ਜਾਂਦਾ ਸ਼ੇਅਰ ਮਾਰਕੀਟ ਵੀ ਡਾਊਨ ਆ ਜਾਂਦੀ ਹੈ ਮਿਊਚੁਅਲ ਫੰਡ ਡਾਊਨ ਆ ਜਾਂਦੇ ਨੇ ਜੇ ਘਾਟਾ ਪੈ ਜਾਂਦਾ ਤਾਂ ਉਹ ਸਾਰਾ ਘਾਟਾ ਕਨੇਡਾ ਪੈਨਸ਼ਨ ਕੈਨੇਡਾ ਪੋਸਟ ਨੂੰ ਚੱਲਣਾ ਪੈਂਦਾ ਸੀ ਆਪ ਕੰਪਨੀ ਨੂੰ ਚੱਲਣਾ ਪੈਂਦਾ ਅਸੇ ਜੇ ਉਹਦੇ ਚ ਲਾਭ ਮਿਲ ਜਾਂਦਾ ਤਾਂ ਉਹ ਲਾਭ ਵੀ ਕੈਨੇਡਾ ਪੋਸਟ ਨੂੰ ਹੁੰਦਾ ਪਰ ਇਹਦੇ ਚ ਇੱਕ ਰਿਸਕੀ ਕੰਮ ਨੂੰ ਬਚਾਉਣ ਦੇ ਲਈ ਕੈਨੇਡਾ ਪੋਸਟ ਇਹ ਇਸ ਗੱਲ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਸੀ ਕਿ ਅਸੀਂ ਇਹ ਜਿਹੜੀ ਬੈਨੀਫਿਟ ਪਲਾਨ ਹੈ ਜਿਹੜੀ ਅਸੀਂ ਲਾਗੂ ਨਹੀਂ ਕਰਨੀ ਹੈ ਫਿਊਚਰ ਦੇ ਵਿੱਚ ਨਵੇਂ ਏਮਪਲਾਈਸ ਤੇ ਲਾਗੂ ਨਹੀਂ ਕਰਨੀ ਪੁਰਾਣੇ ਜੋ ਏਮਪਲਾਈਸ ਨੇ ਉਹਨਾਂ ਤੇ ਲਾਗੂ ਰਹੂਗੀ ਜਿਹੜੀ ਦੂਜੀ ਹੁਣ ਨਵੀਂ ਲਾਗੂ ਹੋਈ ਹੈ ਕੰਟਰੀਬਿਊਟਰੀ ਸਿਸਟਮ ਉਹਦੇ ਚ ਹੋਊਗਾ ਕਿ ਇੱਕ ਤਾਂ ਕੰਟਰੀਬਿਊਸ਼ਨ ਹੈ ਜਿਹੜੀ ਦੋਨੇ ਤਰਾਹ ਦੀ ਤੇ এমਪਲਾਇਰ ਦੀ ਜੀ ਉਹ 50-50% ਕਰ ਦਿੱਤੀ ਗਈ ਹੈ ਠੀਕ ਹੈ ਜੀ ਜਦੋਂ ਕਿ ਪਹਿਲਾ এমਪਲਾਈ ਦੀ ਘਟ ਸੀ ਇੱਕ ਤਾਂ ਇਹ ਨੁਕਸਾਨ ਹੋ ਗਿਆ ਨਾ ਦੂਜਾ ਇਹ ਹੋ ਗਿਆ ਕਿ ਉਹ ਜਦੋਂ ਪੈਸਾ ਕਿਤੇ ਇਨਵੈਸਟ ਕੀਤਾ ਜਾਊਗਾ ਜੇ ਉਹ ਪੈਸਾ ਘਟ ਜਾਂਦਾ ਹੈ ਜਾਂ ਵੱਧ ਜਾਂਦਾ ਹੈ ਉਸੇ ਹਿਸਾਬ ਦੇ ਨਾਲ EMPLYE ਜਦੋਂ ਰਿਟਾਇਰ ਹੋਊਗਾ ਉਸ ਤੋਂ ਬਾਅਦ ਉਹਦੀ ਤਨਖਾਹ ਉਹ ਪੈਨਸ਼ਨ ਵੀ ਵਧਦੀ ਘਟਦੀ ਰਹੂਗੀ ਇਹ ਵੀ ਹੋ ਸਕਦਾ ਜੇ ਕਿਤੇ ਬਹੁਤ ਘਾਟੇ ਚ ਚੱਲੇਗੀ ਇਨਵੈਸਟਮੈਂਟ ਪੈਨਸ਼ਨ ਬਹੁਤ ਵੀ ਘਟ ਸਕਦੀ ਹੈ ਠੀਕ ਹੈ ਜੀ ਜੇ ਉਹ ਇਨਵੈਸਟਮੈਂਟ ਤੋਂ ਲਾਭ ਵੱਧ ਹੋ ਗਿਆ ਤਾਂ ਪੈਨਸ਼ਨ ਵੱਧ ਵੀ ਸਕਦੀ ਹੈ ਤਾਂ ਇਸ ਤਰ੍ਹਾਂ ਦਾ ਹੁਣ ਜਿਹੜੇ ਨਵਾਂ ਪੈਨਸ਼ਨ ਪਲਾਨ ਹੈ ਇਹ ਇਹਦੇ ਹੱਕ ਦੇ ਵਿੱਚ ਨਹੀਂ ਸੀ EMPLYE ਹਰ ਦੇ ਬਾਵਜੂਦ ਹੁਣ ਇਹਨਾਂ ਨੂੰ ਮੰਨਣਾ ਪਊਗਾ ਕਿ ਕਈ ਵਾਰੀ ਜੇ ਘਾਟੇ ਪੈਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਤਾਂ ਉਹ ਘਾਟਾ ਵੀ EMPLYE ਜੀ ਨੂੰ ਸਹਿਣ ਕਰਨਾ ਪਊਗਾ ਸੋ ਬਾਕੀ ਡਿਪੈਂਡ ਕਰਦਾ ਕਿ ਹੁਣ ਜਿਹੜੀ ਉਹ ਰਿਟਾਇਰਮੈਂਟ ਸੇਵਿੰਗ ਪਲਾਨ ਨੇ ਜਿਹੜੀਆਂ ਉਹ ਕੋਈ EMPLYE ਕਿੰਨੀਆਂ ਕੁ ਲੈਂਦਾ ਹੈ ਉਹਦੇ ਹਿਸਾਬ ਨਾਲ ਉਹਦੀਆਂ ਪੈਨਸ਼ਨ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅਰਥ ਹੋਇਆ ਕਰਦੀ ਸੋ ਕੌਂਟ੍ਰਿਬਿਊਟਰੀ ਪੈਨਸ਼ਨਿੰਗ ਪਲਾਨ ਹੈਗਾ ਉਹ ਰੂਰਲ ਜਿਹੜੀ ਯੂਨੀਅਨ ਹੈਗੀ ਹੈ ਉਹ ਫਿਲਹਾਲ ਉਹਨਾਂ ਦੇ ਵਿੱਚੋਂ ਲਾਗੂ ਹੋਇਆ ਜਿਹੜੀ ਦੂਜੀ ਯੂਨੀਅਨ ਨੇ ਉਹਨੇ ਹਾਲੇ ਮੰਨਿਆ ਨਹੀਂ ਹੈ ਡਾਕਟਰ ਜ CUPD ਉਹ ਇਸ ਸਮਝੌਤੇ ਚੋਂ ਬਾਹਰ ਆ ਉਹ ਹੁਣ ਕੀ ਕਰੇਗੀ ਹਾਂ ਉਹਨਾਂ ਦਾ ਵੀ ਚੱਲ ਰਿਹਾ ਉਹਨਾਂ ਤੇ ਵੀ ਆਰਬਿਟ੍ਰੇਸ਼ਨ ਹੈ ਤੁਹਾਨੂੰ ਪਤਾ ਕਿ ਜੁਲਾਈ ਦੇ ਵਿੱਚ ਉਹ ਵੀ ਸਟ੍ਰਾਈਕ ਕਰਨ ਲੱਗੇ ਸੀ ਤਾਂ ਉਹਨਾਂ ਦੀ ਸਟ੍ਰਾਈਕ ਤੋਂ ਪਹਿਲਾਂ ਕੈਨੇਡਾ ਪੋਸਟ ਵਾਲਿਆਂ ਨੇ ਆਪਦਾ ਨੋਟਿਸ ਦੇ ਦਿੱਤਾ ਸੀ ਉਹਨਾਂ ਨੂੰ ਕਿ ਅਸੀਂ ਲੌਕਆਊਟ ਕਰ ਦਾਂਗੇ ਤੁਹਾਨੂੰ ਸਟ੍ਰਾਈਕ ਕਰਨ ਦੀ ਲੋੜ ਹੀ ਨਹੀਂ ਪਣੀ ਅਸੀਂ ਆਪ ਹੀ ਬੰਦ ਕਰ ਦਿੰਦੇ ਹਾਂ ਸਾਰੇ ਪੋਸਟ ਆਫਿਸ ਨੇ ਜਿਹੜੇ ਤਾਂ ਉਹ ਜੀ ਪੋਜੀਸ਼ਨ ਦੇ ਵਿੱਚ ਫਿਰ ਉੱਥੇ ਇੱਕ ਸਮਝੌਤੇ ਵਾਲੀ ਪੋਜੀਸ਼ਨ ਆਈ ਸੀ ਕਿ ਦੋਨੇ ਧਿਰਾਂ ਥੋੜੀਆਂ ਪਿੱਛੇ हट ਗਈਆਂ ਸੀ ਉਦੋਂ ਤਾਂ ਯੂਨੀਅਨ ਵਾਲਿਆਂ ਨੇ ਕਹਿਤਾ ਅਸੀਂ ਸਟ੍ਰਾਈਕ ਨਹੀਂ ਕਰਦੇ ਉਹ ਕਹਿੰਦੇ ਅਸੀਂ ਲੌਕਆਊਟ ਦਾ ਨੋਟਸ ਤੁਹਾਨੂੰ ਨਹੀਂ ਦਿੰਦੇ ਤਾਂ ਦੋਨੇ ਪਿਛੇ ਹਟਣ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ ਹੁਣ ਗੱਲਬਾਤ ਸ਼ੁਰੂ ਹੋਈ ਤੇ ਉਹਨਾਂ ਨੇ ਆਰਬਿਟ੍ਰੇਸ਼ਨ ਦੋਨਾਂ ਨੇ ਫਿਕਸ ਕਰ ਲਿਆ ਠੀਕ ਹੈ ਜੀ ਪਰ ਉਹਨਾਂ ਨੇ ਲਾਜ਼ਮੀ ਆਰਬਿਟ੍ਰੇਸ਼ਨ ਨਹੀਂ ਕੀਤਾ ਕਿ ਜਿਹੜਾ ਬਾਈਂਡਿੰਗ ਹੈ ਉਹ ਨਹੀਂ ਕੀਤਾ ਕੱਲਾ ਆਰਬਿਟ੍ਰੇਸ਼ਨ ਆ ਉਥੇ ਹੁਣ ਉਹ ਆਰਬਿਟ੍ਰੇਸ਼ਨ ਆ ਉਹਨਾਂ ਦੀ ਗੱਲਬਾਤ ਚੱਲੀ ਜਾਂਦੀ ਹੈ ਉਹ ਉੱਥੇ ਗੱਲਬਾਤ ਥੋੜੀ ਜਿਹੀ ਢਿੱਲੀ ਚੱਲ ਰਹੀ ਹੈ ਉਸ ਪੱਧਰ ਤੇ ਨਹੀਂ ਚੱਲ ਰਹੀ ਜਿਸ ਪੱਧਰ ਤੇ ਕਿ ਚਲਣੀ ਚਾਹੀਦੀ ਸੀ ਜਾਂ ਜਿਸ ਪੱਧਰ ਤੇ ਯੂਨੀਅਨ ਵਾਲੇ ਮੰਗ ਕਰਦੇ ਸੀ ਕਿ ਇਹ ਚਲਣੀ ਚਾਹੀਦੀ ਹੈ ਤਾਂ ਹੁਣ ਉਹਨਾਂ ਦੀ ਜਿਹੜੀ ਡੇਟ ਹੈ ਉਹ 25 ਅਗਸਤਾ ਜਿਹੜਾ ਇਹਨਾਂ ਦਾ ਸਟ੍ਰਾਈਕਿੰਗ ਵੋਟ ਦਾ ਟਾਈਮ ਹੁੰਦਾ ਉਹ 60 ਦਿਨ ਹੁੰਦਾ ਪਰ ਯੂਨੀਅਨ ਨੇ ਆਪਣੇ ਮੈਂਬਰਾਂ ਤੋਂ ਵੋਟ ਪਵਾ ਕੇ ਇੱਕ ਹੱਕ ਪ੍ਰਾਪਤ ਕੀਤਾ ਹੁੰਦਾ ਕਿ ਆਪਾਂ ਸਟ੍ਰਾਈਕ ਕਰ ਸਕਦੇ ਹਾਂ ਠੀਕ ਹੈ ਜੀ ਉਹ ਸਟ੍ਰਾਈਕ ਦਾ ਟਾਈਮ ਹੁੰਦਾ 60 ਦਿਨ ਦਾ ਉਹ 60 ਦਿਨ 25 ਅਗਸਤ ਨੂੰ ਪੂਰੇ ਹੋ ਜਾਣੇ ਆ ਠੀਕ ਹੈ ਜੀ ਜਾਂ ਤਾਂ ਹੁਣ ਉਹਨਾਂ ਲਈ ਇਹ ਹੋਊਗਾ ਯੂਨੀਅਨ ਦੇ ਲਈ ਜਿਹੜੀ ਸੀਜੂਪੀ ਡਬਲਯੂ ਯੂਨੀਅਨ ਹੈ ਉਹਨਾਂ ਨਾਲ ਹਾਲੇ ਸਮਝੌਤਾ ਨਹੀਂ ਹੋਇਆ ਉਹਨਾਂ ਦੇ ਨਾਲ ਇਹ ਕੰਟਰੀਬਿਊਸ਼ਨ ਹੀ ਪੈਨਸ਼ਨ ਦਾ ਸਮਝੌਤਾ ਨਹੀਂ ਹੋਇਆ ਨਵੇਂ ਐਂਟਰੀ ਵਾਲਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਕੋਈ ਸਮਝੌਤਾ ਨਹੀਂ ਪਰ ਹਾਲੇ ਹੋ ਸਕਦਾ ਹੈ ਹੁਣ ਉਹਨਾਂ ਤੇ ਇੱਕ ਪ੍ਰੈਸ਼ਰ ਬਿਲਡ ਹੋ ਗਿਆ ਤੇ ਜੇ ਹੁਣ ਉਹਨਾਂ ਨੇ ਸਮਝਾਉਣਾ ਹੋਗਾ ਤੁਸੀਂ ਵੀ ਇਸ ਸਮਝੋਤੇ ਨੂੰ ਪਿਆਰਵਾਨ ਕਰੋ ਹੁਣ ਜਾਂ ਤਾਂ ਇਹਨਾਂ ਕੋਲੇ ਤਿੰਨ ਆਪਸ਼ਨਾਂ ਨੇ ਜੀ ਪੁਰਾਣੀ ਯੂਨੀਅਨ ਜਿਹੜੀ ਕਿ 50000 EMPLOYEES ਨੂੰ ਰਿਪਰੈਜ਼ੈਂਟ ਕਰਦੀ ਹੈ ਇੱਕ ਆਪਸ਼ਨ ਤਾਂ ਉਹਨਾਂ ਕੋਲ ਇਹ ਹੈ ਕਿ ਇਹ ਜੋ ਸਮਝੋਤਾ ਅਨਾਉਂਸ ਹੋਇਆ ਇਹ ਨੂੰ ਪ੍ਰਵਾਨ ਕਰ ਲੈਣ। ਹੂੰ ਹੂੰ। ਦੂਜੀ ਆਪਸ਼ਨ ਇਹ ਹੈ ਕਿ ਉਹ ਫਿਰ ਦੁਬਾਰੇ ਸਟ੍ਰਾਈਕ ਤੇ ਜਾਣ ਦਾ ਨੋਟਿਸ ਜਾਰੀ ਕਰਨ। ਉਹ ਨੋਟਿਸ 25 ਅਗਸਤ ਤੋਂ 72 ਘੰਟੇ ਪਹਿਲਾਂ ਉਹਨਾਂ ਨੂੰ ਦੇਣਾ ਪਊਗਾ। ਠੀਕ ਹੈ ਜੀ। ਕਿ 72 ਘੰਟਿਆਂ ਦਾ ਨੋਟਿਸ ਲਾਜ਼ਮੀ ਹੈ ਸਟ੍ਰਾਈਕ ਦੇਣ ਦੇ ਲਈ। ਤੇ ਉਹ 60 ਦਿਨਾਂ 'ਤੇ ਫਿਰ ਤੋਂ ਰਹੂਗਾ? ਆ ਫਿਰ ਇਹ ਕੀ ਹੋਊਗਾ ਕਿਉਂਕਿ 25 ਨੂੰ 60 ਦਿਨ ਹੋ ਜਾਣੇ। ਜੇ 25 ਤਰੀਕ ਨਿਕਲ ਜਾਂਦੀ ਹੈ। ਜੀ। ਫਿਰ ਯੂਨੀਅਨ ਨੂੰ ਆਪਣੇ ਮੈਂਬਰਾਂ ਕੋਲੇ ਦੁਬਾਰੇ ਜਾਣਾ ਪਊਗਾ। ਉਹ ਮੈਂਬਰ ਦੁਬਾਰੇ ਮੀਟਿੰਗ ਕਰਨਗੇ, ਵੋਟਾਂ ਪੈਣਗੀਆਂ, ਫਿਰ ਇਹਨੂੰ ਹੱਕ ਦੇਣਗੇ ਜੀ ਸਟ੍ਰਾਈਕ ਕਰਨ ਦਾ ਇਹ ਫਿਰ ਸਟ੍ਰਾਈਕ ਬਾਹਤਰ ਘੰਟੇ ਦਾ ਨੋਟਿਸ ਦੇ ਦੇਣ ਜਾਂ ਜੇ ਕਨੇਡਾ ਪੋਸਟ ਵਾਲੇ ਇਹ ਸਮਝਣ ਕਿ ਸਹੀ ਗੱਲ ਤੇ ਆ ਨਹੀਂ ਰਹੇ ਉਹ ਵੀ ਲੋਕਆਊਟ ਦਾ ਨੋਟਿਸ ਦੇ ਸਕਦੇ ਆ ਤਾਂ ਹਾਲੇ ਉਹਦੇ ਵਿੱਚ ਭੰਬਲ ਪੂਸਾ ਕਾਫੀ ਹੈ ਫਿਲਹਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਮੰਨ ਲਓ 25 ਅਗਸਤ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਕੀ ਪੋਜੀਸ਼ਨ ਆਊਗੀ ਕਿ ਇਹ ਬਹੁਤ ਕੋਸਟਲੀ ਅਫੇਅਰ ਹੈ ਤੇ ਟਾਈਮ ਕੰਜ਼ਿਊਮਿੰਗ ਬਹੁਤ ਹੈ ਆਪਣੇ ਮੈਂਬਰਾਂ ਨੂੰ ਦੁਬਾਰਾ ਫੇਰ ਤਿਆਰ ਕਰਨਾ ਕਿ ਤੁਸੀਂ ਵੋਟ ਲਈ ਅਧਿਕਾਰ ਦਿਓ ਸਾਨੂੰ ਸਟ੍ਰਾਈਕ ਦਾ ਫਿਰ ਉਹਦੇ ਤੇ ਪੈਸਾ ਵੀ ਬਹੁਤ ਖਰਚ ਹੁੰਦਾ ਯੂਨੀਅਨ ਉਹ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੇਗੀ ਹਾਲੇ ਫਿਰ ਟਰਾਈ ਕਰੂਗੀ ਟੇਬਲ ਤੇ ਬਹਿ ਕੇ ਨੇਗੋਸ਼ੀਏਟ ਕਰਨ ਦੇ ਲਈ ਕਿ ਸਾਨੂੰ ਆ ਗੱਲਾਂ ਪ੍ਰਵਾਨ ਕਰ ਲਓ ਆ ਨਾ ਕਰ ਲਓ ਪਰ ਫਿਲਹਾਲ ਉਹ ਇਹ ਗੱਲ ਨਹੀਂ ਮੰਨ ਰਹੇ ਕਿ ਜੋ ਨਵੇਂ EMPLOYEE ਆਉਣਗੇ ਨਵੀਂ ਐਂਟਰੀ ਹੋਵੇਗੀ ਉਹਨਾਂ ਤੇ ਇਹ ਕੰਟਰੀਬਿਊਸ਼ਨ ਵਾਲੀ ਜਿਹੜਾ ਸਿਸਟਮ ਹੈ ਪੈਨਸ਼ਨ ਪਲਾਨ ਦਾ ਬੈਨੀਫਿਟ ਕੰਟਰੀਬਿਊਟਰੀ ਵਾਲਾ ਵੀ ਇਹ ਨਾ ਲਾਗੂ ਕੀਤਾ ਜਾਵੇ ਤਾਂ ਚੰਗਾ ਪਰ ਫਿਲਹਾਲ ਯੂਨੀਅਨਾਂ ਦੇ ਵਿੱਚ ਦੁਫੇੜ ਅਸੀਂ ਕਹਿ ਸਕਦੇ ਹਾਂ ਉਹ ਯੂਨੀਅਨ ਤੇ ਇੱਕ ਪ੍ਰੈਸ਼ਰ ਜ਼ਰੂਰ ਬਣ ਗਿਆ ਉਹਨਾਂ ਦੇ ਵੀ ਕੁਝ EMPLOYEES ਰੂਰਲ ਏਰੀਆ ਚ ਕੰਮ ਕਰਦੇ ਨੇ ਤਾਂ ਉਹਨਾਂ EMPLOYEES ਦੀ ਪੋਜੀਸ਼ਨ ਹਾਲੇ ਉਹੀ ਹੈ ਜਿਹੜੀ ਕਿ CPU ਦੀ ਸ਼ਹਿਰਾਂ ਦੇ ਵਿੱਚ ਹੈ ਕਿਵੇਂ ਕੰਮ ਨਿਬੜੂਗਾ ਇਹਲੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਡਾਕਟਰ ਸਾਹਿਬ ਕੈਨੇਡਾ ਪੋਸਟ ਤੋਂ ਥੋੜੀ ਜਾਣਕਾਰੀ ਪਾਓ ਕਿਸ ਤਰ੍ਹਾਂ ਦੀ ਸਰਵਿਸਿਜ਼ ਦਿੰਦੀ ਹੈ ਕਈ ਪ੍ਰਾਈਵੇਟ ਕੋਰੀਅਰ ਕੈਰੀਅਰਜ਼ ਵੀ ਹੈਗੇ ਨੇ ਪਰ ਇਹਨਾਂ ਦਾ ਕਿੰਨਾ ਕਿੋਯਤਾਨ ਹੈਗਾ ਜਗਰਾਜੀ ਦੀਪਾ ਬਹੁਤ ਹੀ ਵੱਡੀ ਗੱਲ ਹੈ ਤੁਹਾਡੀ ਦਿਨ ਬਦਨ ਜਿਹੜੇ ਪ੍ਰਾਈਵੇਟ ਕੋਰੀਅਰ ਨੇ ਉਹਨਾਂ ਦਾ ਏਰੀਆ ਵਧਦਾ ਜਾਂਦਾ ਖਾਸ ਤੌਰ ਤੇ ਫੈਡੈਕਸ ਤੇ ਯੂਪੀਐਸ ਦਾ ਏਰੀਆ ਵਧਦਾ ਜਾ ਰਿਹਾ ਉਹਦੇ ਕਰਕੇ ਕੈਨੇਡਾ ਪੋਸਟ ਇਹ ਕਹਿ ਰਹੀ ਹੈ ਕਿ ਸਾਡਾ ਜਿਹੜਾ ਲਾਭ ਆ ਉਹ ਘਟਦਾ ਜਾ ਰਿਹਾ ਅਸੀਂ ਘਾਟ ਵਿੱਚ ਜਾਣ ਵਾਲੀ ਪੋਜੀਸ਼ਨ 'ਚ ਹੋਏ ਪਏ ਆ ਤੇ ਇਸੇ ਗੱਲ ਨੂੰ ਹੀ ਜਿਹੜਾ ਆਰਬਿਟਰੇਟਰ ਸੀਗਾ ਉਹਨੇ ਮੰਨਿਆ ਸੀ ਤਾਂ ਉਂਝ ਪਰ ਜੇ ਅਸੀਂ ਐਮਪਲਾਈ ਦੇ ਰੂਪ ਦੇ ਵਿੱਚ ਦੇਖੀਏ ਕਿ ਕੈਨੇਡਾ ਪੋਸਟ ਦੇ ਵਿੱਚ ਬਹੁਤ ਵੱਡਾ ਵਿਭਾਗ ਹੈ 64000 ਤੋਂ ਉੱਪਰ ਤਾਂ ਇਹਨਾਂ ਦਾ ਐਮਪਲਾਈ ਹੈ ਜਿਨ੍ਹਾਂ ਕੋਲ 16 ਲੱਖ ਐਡਰੈਸੇਸ ਨੇ ਜਿੱਥੇ ਆਪਣੀ ਪੋਸਟ ਪਹੁੰਚਾਉਂਦੇ ਨੇ ਰੈਗੂਲਰਲੀ ਰੈਗੂਲਰਲੀ ਪਹੁੰਚਾਉਂਦੇ ਨੇ 16 ਲੱਖ ਐਡਰੈਸੇਸ ਦੇ ਵਿੱਚ ਪਿਛਲੇ ਸਾਲ ਇਹਨਾਂ ਨੇ 9 ਬਿਲੀਅਨ ਚਿੱਠੀਆਂ ਜਾਂ ਪਾਰਸਲ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਦਿੱਤੇ ਸੀ ਅਤੇ 8 ਬਿਲੀਅਨ ਡਾਲਰਾਂ ਦਾ ਇਹਨਾਂ ਦਾ ਰੈਵਨਿਊ ਸੀਗਾ ਪਿਛਲੇ ਸਾਲ ਦੇ ਅੰਦਾਜ਼ਾ ਜੀ ਪਿਛਲੇ ਸਾਲ ਤਾਈ ਲੋਕਾਂ ਨੇ ਦੇਖਿਆ ਸਾਰੇ ਕੈਨੇਡਾ ਵਾਈਡ ਦੇ ਵਿੱਚ ਇਹਨਾਂ ਦੇ 6200 ਪੋਸਟ ਆਫਿਸ ਜਨੇ ਤਕਰੀਬਨ ਤਕਰੀਬਨ 25000 ਉਹ ਨੇ ਜਿਹੜੇ ਕਿ ਡਾਕ ਵੰਡਣ ਜਾਂਦੇ ਨੇ ਕੈਰੀਅਰ ਨੇ ਜਿਹੜੇ ਇਹਨਾਂ ਦੇ ਕੈਰੀਅਰਸ ਤੇ ਉਹ ਜਿਹੇ ਵਰਲਡ ਦੇ ਵਿੱਚ ਇਹਦੀ ਪੋਜੀਸ਼ਨ ਦੇਖਣੀ ਹੋਵੇ ਕੈਨੇਡਾ ਪੋਸਟ ਦੀ ਸਭ ਤੋਂ ਵੱਡਾ ਡਿਪਾਰਟਮੈਂਟ ਹੈ ਜਿਹੜਾ ਬਹੁਤ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਵੀ ਚਿੱਠੀਆਂ ਪਹੁੰਚਾਉਂਦਾ ਪਾਰਸਲ ਪਹੁੰਚਾਉਂਦਾ ਈਵਨ ਰਸ਼ੀਆ ਤੋਂ ਵੀ ਵੱਡਾ ਕਿਉਂਕਿ ਏਰੀਆ ਕੈਨੇਡਾ ਤਾਂ ਬਈ ਬਹੁਤ ਵੱਡਾ ਤੇ ਬਹੁਤ ਵੱਡੀ ਸਰਵਿਸ ਹੈ ਤੇ ਬਹੁਤ ਵੱਡਾ ਏਰੀਆ ਹੈ ਤੇ ਇਹ ਚੱ ਜੇ ਸਮੱਸਿਆ ਮਾਈਮਪਲਾਈਜ਼ ਦੇ ਨਾਲ ਆਉਂਦੀਆਂ ਨੇ ਇਹਨਾਂ ਨੂੰ ਸਹੀ ਢੰਗ ਦੇ ਨਾਲ ਹੱਲ ਕਰ ਲੈਣਾ ਚਾਹੀਦਾ ਹੈ ਵੱਡੀ ਸਮੱਸਿਆ ਨਹੀਂ ਹੈ ਸਭ ਤੋਂ ਵੱਡੀ ਸਮੱਸਿਆ ਪੈਨਸ਼ਨ ਪਲਾਨ ਦੀ ਹੋਈ ਹੈ ਜੇ ਇਹ ਹੱਲ ਹੋ ਜਾਂਦੀ ਹੈ ਮੈਨੂੰ ਲੱਗਦਾ ਫਿਰ ਸਟ੍ਰਾਈਕ ਆਉਣ ਵਾਲੇ ਸਮੇਂ 'ਚ ਟਲ ਸਕਦੀ ਹੈ ਡਾਕਟਰ ਸਾਹਿਬ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਕੱਲ ਨੂੰ ਅਸੀਂ ਡਾਕਟਰ ਸੋਇਨਾ ਕੁਝ ਹੋਰ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਥੈਂਕ ਯੂ